बीते दिन फिरोजपुर के एक मैरिज पैलेस में गोली चलने के कारण हुई घटना का सख्त नोटिस लेते हुए जिला पुलिस मुखी डॉक्टर रवजूत ग्रेवाल के देशों और निर्देशों के अनुसार एसपी जांच राकेश यादव ने जिले के मैरिज पैलेस मालिक के साथ बचत भवन में एक विशेष मीटिंग की। मीटिंग को संबोधन करते हुए एसपी यादव ने कहा कि शादी और किसी भी समागम के लिए मैरिज पैलेस में असला लेकर आने वाले के विरुद्ध सख्ती के साथ कार्रवाई की जाएगी, क्योंकि ये समागम खुशी के समागम होते हैं और इन समागमों के बीच हथियारों की कोई भी जरूरत नहीं होती। उन्होंने कहा कि पुलिस की तरफ से ऐसी घटनाओं को रोकने के लिए लगातार लोगों को जागरूक किया जा रहा है, परंतु फिर भी अगर कोई असला लाइसेंस धारक इन हुक्मों की उल्लंघन करता है तो उसके विरुद्ध सख्त से सख्त कार्रवाई की जाएगी। ਮੀਟਿੰਗ ਹੈ ਉਹ ਐਸ ਐਸ ਪੀ ਸਾਹਿਬ ਦੇ ਵੱਲੋਂ ਸਾਰੇ ਜਿੰਨੇ ਵੀ ਮੈਰਿਜ ਪੈਲੇਸ ਦੇ ਓਨਰਸ ਹੈ ਇਹਨਾਂ ਨੂੰ ਉੱਥੇ ਬੁਲਾਇਆ ਗਿਆ ਹੈ ਸਾਰੇ ਫਤਿਹਗੜ੍ਹ ਸਾਹਿਬ ਦੇ ਜ਼ਿਲ੍ਹੇ ਦੇ ਵਿੱਚ। ਇਹਨਾਂ ਨੂੰ ਬੁਲਾ ਕਰਕੇ ਜਿਹੜੀ ਇੱਕ ਰੀਸੈਂਟਲੀ ਇੱਕ ਹਾਦਸਾ ਹੋਇਆ ਸੀ ਫਿਰੋਜ਼ਪੁਰ ਦੇ ਵਿੱਚ, ਜਿੱਥੇ ਕਿ ਮੈਰਿਜ ਪੈਲੇਸ ਦੇ ਵਿੱਚ ਇੱਕ ਗੋਲੀ ਚੱਲਣ ਦੇ ਕਰਕੇ ਹਾਦਸਾ ਵਾਪਰਿਆ ਸੀ। ਸੋ ਉਹਨੂੰ ਧਿਆਨ 'ਤੇ ਰੱਖਦੇ ਹੋਏ ਇਸ ਤੋਂ ਪਹਿਲੇ ਵੀ ਹਾਲਾਂਕਿ ਇੰਸਟ੍ਰਕਸ਼ਨ ਹੈਗੀ, ਬਟ ਫਿਰ ਵੀ ਉਹ ਸਾਰੀ ਇੰਸਟ੍ਰਕਸ਼ਨਾਂ ਨੂੰ ਮੈਰਿਜ ਪੈਲੇਸ ਦੇ ਓਨਰਸ ਨੂੰ ਔਰ ਇਹਨਾਂ ਦੇ ਵੱਲੋਂ ਜਿਹੜੀ ਕੀਤੀ ਜਾਣ ਵਾਲੀ ਕਾਰਵਾਈ ਹੈ ਉਹਨੂੰ ਅਮਲ ਵਿੱਚ ਲਾਉਣ ਵਾਸਤੇ ਸਾਰੇ ਨੂੰ ਬੁਲਾਇਆ ਗਿਆ ਸੀ। ਔਰ ਇਹ ਹਿਦਾਇਤ ਹੈਗੀ ਮਾਨਯੋਗ ਐਸ ਐਸ ਪੀ ਸਾਹਿਬ ਦੇ ਵੱਲੋਂ ਕਿ ਜਿੰਨੇ ਵੀ ਮੈਰਿਜ ਪੈਲੇਸ ਦੇ ਓਨਰ ਹੈ ਇਹ ਇਨਸ਼ੋਰ ਕਰੇ ਕਿ ਕੋਈ ਵੀ ਵੈਪਨ ਲੈ ਕਰਕੇ ਇਹੋ ਜਿਹੇ ਪਬਲਿਕ ਇਹੋ ਜਿਹੇ ਫੈਮਿਲੀ ਫੰਕਸ਼ਨ ਦੇ ਵਿੱਚ ਨਾ ਜਾਏ। ਵੈਪਨ ਦਾ ਇਸਤੇਮਾਲ ਕਿਸੇ ਹੋਰ ਕੰਮ ਦੇ ਵਾਸਤੇ ਜਿਸ ਪਰਪਸ ਦੇ ਵਾਸਤੇ ਉਹਨਾਂ ਨੂੰ ਅਲਾਊਡ ਕੀਤਾ ਗਿਆ ਬਸ ਉਸੇ ਵਾਸਤੇ ਹੀ ਹੈਗਾ। ਉਸ ਤੋਂ ਇਲਾਵਾ ਜੇ ਵੈਪਨ ਦਾ ਦੇਖ ਦਿਖਾਵਾ ਕੋਈ ਕਰਦਾ ਹੈ ਜਾਂ ਕਿਤੇ ਵੀ ਉਹਦੀ ਵੈਪਨ ਦੀ ਹੈਂਡਲਿੰਗ ਕਰਦਾ ਹੈ ਉਹ ਵਰਜਿਤ ਹੈਗੀ ਔਰ ਉਹਦਾ ਇਸਤੇਮਾਲ ਬਿਲਕੁਲ ਨਿਸ਼ੇਧ ਹੈ, ਕੋਈ ਉਹਦਾ ਇਸਤੇਮਾਲ ਨਹੀਂ ਕਰ ਸਕਦਾ। ਆਪਾਂ ਪੁਲਿਸ ਸਖ਼ਤ ਹੈ ਇਸ ਕੰਮ ਵਾਸਤੇ, ਜੇ ਕਿਸੇ ਵੀ ਮੈਰਿਜ ਪੈਲੇਸ ਦੇ ਵੱਲੋਂ ਕੋਈ ਅਣਗਹਿਲੀ ਕੀਤੀ ਜਾਏਗੀ ਤਾਂ ਉਹਨਾਂ ਦੇ ਅਗੇਂਸਟ ਐਕਸ਼ਨ ਲਿੱਤਾ ਜਾਊਗਾ। ਜੇ ਉਹਦੇ ਵਿੱਚ ਕਿਸੇ ਪਰਸਨਲ ਦੀ ਜੇ ਅਣਗਹਿਲੀ ਹੈਗੀ ਤਾਂ ਉਹਦੇ ਅਗੇਂਸਟ ਐਕਸ਼ਨ